ਭਾਰੀ ਬਹੁਤ ਆ ਤੇ ਚੌੜੀ ਵੀ ਬਹੁਤ ਆ ਗਈ ਭਾਈ ਲੱਖ ਮੰਗਦਾ ਕਹਿੰਦਾ 95 ਦੀ ਦੇਣੀ ਆ ਬਾਕੀ ਮੌਕੇ ਤੇ ਹੋ ਜਾਊਗਾ ਤੇ ਇੱਧਰ ਗਾਹਕ ਪਏ ਵੇ ਆ ਇਹ 75 ਲਾਉਂਦੇ ਆ ਲਓ ਵੀ ਦੋਸਤੋ ਤੁਹਾਨੂੰ ਇੱਕ ਆਹ ਮੱਝ ਦਿਖਾਉਂਦੇ ਆ ਦੇਖ ਸਕਦੇ ਹੋ ਨੀਲੀ ਰਾਵੀ ਦੇ ਵਿੱਚ ਪੈਂਦੀ ਹੈ ਦੋਸਤੋ ਤੁਹਾਨੂੰ ਆਪਾਂ ਜਰਸੀ ਦਿਖਾਉਂਦੇ ਆ ਘਰੇਲੂ ਬਹੁਤ ਸੋਹਣੀ ਹੈਗੀ ਦੇਖ ਸਕਦੇ ਹੋ ਤੁਸੀਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਸ਼ੂ ਮੰਡੀ ਧਨੌਲਾ ਜਿਹੜੀ ਕਿ ਮਹੀਨੇ ਦੇ ਵਿੱਚ ਦੋ ਵਾਰੀ ਲੱਗਦੀ ਹੈ 11 ਤਰੀਕ ਅਤੇ 27 ਤਰੀਕ ਅੱਜ ਆਪਾਂ 11 ਤਰੀਕ ਵਾਲੀ ਮੰਡੀ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋਏ ਹਾਂ ਮੰਡੀ ਬਹੁਤ ਭਰਦੀ ਹੈ 11 ਤਰੀਕ ਵਾਲੀ ਅਤੇ 27 ਤਰੀਕ ਵਾਲੀ ਘੱਟ ਮੰਡੀ ਭਰਦੀ ਹੈਗੀ ਅਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜ਼ਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਅਤੇ ਵੀਡੀਓ ਦੇ ਵਿੱਚ ਦਿਖਾਉਂਦੇ ਹਾਂ ਤੁਹਾਨੂੰ ਆਪਾਂ ਚੰਗੇ ਚੰਗੇ ਜਾਨਵਰ ਚੰਗੀਆਂ ਚੰਗੀਆਂ ਝੋਟੀਆਂ ਮੱਝਾਂ ਵੀ ਦਿਖਾਵਾਂਗੇ ਅਤੇ ਆਪਾਂ ਤੁਹਾਨੂੰ ਗਾਈਆਂ ਜਿਵੇਂ ਜਰਸੀ ਗਾਈਆਂ ਹੋ ਗਈਆਂ ਪਿਓਰ ਅਤੇ ਮਿਕਸ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਅਤੇ ਆ ਜਾਓ ਫਿਰ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਅਤੇ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਦੇਖ ਲਿਓ ਲਓ ਵੀ ਦੋਸਤੋ ਤੁਹਾਨੂੰ ਆਪਾਂ ਇੱਕ ਮੀਣੀ ਝੋਟੀ ਦਿਖਾਉਂਦੇ ਹਾਂ ਕਿ ਬਹੁਤ ਸੋਹਣੀ ਹੈਗੀ ਘਰੇਲੂ ਹੀ ਆ ਅਤੇ ਕੋਈ ਵਪਾਰ ਦਾ ਕੰਮ ਨਹੀਂ ਗਾ ਅਤੇ ਬਾਡੀ ਬਾਂਤਰ ਦੀ ਵੀ ਚੰਗੀ ਆ ਅਤੇ ਆਰਡਰ ਉਡਰ ਵੀ ਬਹੁਤ ਸੋਹਣਾ ਦਿਖਾਉਂਦੀ ਆ ਦੇਖ ਸਕਦੇ ਹੋ ਤੁਸੀਂ ਅਤੇ ਬਾਕੀ ਥਣ ਥੁਣ ਵੀ ਬਹੁਤ ਸੋਹਣੇ ਹੈਗੇ ਅਤੇ ਆਪਾਂ ਡਿਟੇਲ ਲੈ ਲਾਂਗੇ ਭਾਈ ਤੋਂ ਉਹਦੀ ਕੀ ਡਿਟੇਲ ਆ ਕੀ ਗੱਲਬਾਤ ਆ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਅਤੇ ਬਾਕੀ ਪਿੱਠਪੁੜਾ ਦੇਖ ਸਕਦੇ ਹੋ ਪਿੱਠਪੁੜੇ ਦੀ ਵੀ ਚੰਗੀ ਆ ਅਤੇ ਜੈੱਡ ਬਲੈਕ ਆ ਕੀ ਜਮ੍ਹਾਂ ਦੇਖ ਸਕਦੇ ਹੋ ਤੁਸੀਂ ਅਤੇ ਬੱਚਾ ਇੱਧਰ ਮੂਹਰੇ ਖੜ੍ਹਾ ਕੱਟੀ ਹੈ ਅਤੇ ਪੂਰੀ ਚੰਗੀ ਸੰਭੀ ਪਲੀ ਵੀ ਹੈਗੀ ਦੇਖ ਸਕਦੇ ਹੋ ਤੁਸੀਂ ਅਤੇ ਬਾਕੀ ਥਾਣ ਥੂਣ ਵੀ ਸੋਹਣੇ ਹੈਗੇ ਅਤੇ ਘਰੇਲੂ ਆ ਬਾਕੀ ਬਾਕੀ ਆਪਾਂ ਡਿਟੇਲ ਪੁੱਛ ਲਾਂਗੇ ਬਾਈ ਤੂੰ ਕੀ ਡਿਟੇਲ ਹੈ ਇਹਦੀ ਅਤੇ ਕੀ ਗੱਲਬਾਤ ਹੈਗੀ ਦੂਜੇ ਸੂਏ ਬਾਈ ਦੂਜੇ ਸੂਏ ਆ ਠੀਕ ਆ ਅਤੇ ਹੈ ਆਪਣੇ ਘਰ ਦੇ ਕੋਈ ਆ ਨਾ ਵਪਾਰ ਦਾ ਕੰਮ ਤਾਂ ਨਹੀਂ ਨਾ ਨਾ ਠੀਕ ਆ ਅਤੇ ਮਗਰ ਬੱਚਾ ਕੱਟੀ ਹੈਗੀ ਠੀਕ ਆ ਮੂਹਰੇ ਖੜੀ ਆ ਨਾ ਅਤੇ ਦੁੱਧ ਬਾਈ ਕਿੰਨਾ ਕੁ ਪਾ ਜਾਂਦੀ ਹੈ ਪਹਿਲੇ ਸੂਏ ਦੱਸ ਦਿੱਤਾ ਦੂਜੇ ਸੂਏ ਤਾਂ ਫਿਰ ਵਧੂਗੀ ਹੈ ਨਾ 12 ਲੀਟਰ ਤਾਂ ਕੱਢ ਦੂ ਮੌਜ ਨਾਲ ਸੇਵਾ ਦੇਣੇ 10 ਲੀਟਰ ਕੱਢਤਾ ਜੇ ਆਪਾਂ ਵੀ ਮਤਲਬ ਸੇਵਾ ਵੱਧ ਕਰਦੇ ਆ ਫਿਰ ਵਧੂਗੀ ਵੀ ਹੈ ਨਾ ਇਸ ਵਾਰ 12 ਤਾਂ ਦਊਗੀ ਬਾਕੀ ਸੇਵਾ ਨਾਲ ਹੋਰ ਵੀ ਕੱਢ ਸਕਦੀ ਹੈ ਨਾ ਠੀਕ ਆ ਠੀਕ ਆ ਬਾਕੀ ਚੰਗੀ ਆ ਨਾ ਬਾਡੀ ਬਾਂਤਰ ਦੀ ਠੀਕ ਆ ਤੇ ਇਹਦਾ ਬਾਈ ਮੁੱਲ ਕੀ ਰੱਖਿਆ ਹੈਗਾ ਮੁੱਲ ਲੱਖ ਰੁਪਏ ਕਿੰਨੇ ਦੀ ਛੱਡਣੀ ਆਪਾਂ ਮੁੱਲ ਬਾਈ ਲੱਖ ਰੁਪਏ ਜੀ ਸੌਦਾ ਚੱਲੀ ਜਾਂਦਾ ਬਾਈ ਨੇ 75 ਲਾਤਾ ਬਾਈ ਕਹਿੰਦਾ 75 ਦੀ ਲੈ ਕਿੰਨਾ ਲੱਗ ਗਿਆ ਜੀ ਮੁੱਲ ਬਾਈ 75 ਆਪਣੀ ਕਿੱਥੋਂ ਕਿਤੇ ਝਾਕ ਦੇਣ ਦੀ ਵਿਲਾਸ ਤੈਨੇ ਦੀ ਦੇਣੀ ਆ 95 ਦੀ ਠੀਕ ਆ ਬਾਕੀ ਮੌਕੇ ਤੇ ਹੋ ਜੂ ਮਾੜਾ ਮੋਟਾ ਹਨਾ ਏਰੀਆ ਆਪਣਾ ਆਹੀ ਆ ਬਾਈ ਠੀਕ ਆ ਜ਼ਿਲ੍ਹਾ ਬਰਨਾਲਾ ਹਨਾ ਠੀਕ ਆ ਗਾਹਕ ਪਏ ਵਿਆ ਦੋਸਤੋ ਇਸ ਮੀਣੀ ਝੋਟੀ ਨੂੰ ਅਤੇ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਸੀਗੀ ਅਤੇ ਬਾਈ ਲੱਖ ਮੰਗਦਾ ਕਹਿੰਦਾ 95 ਦੀ ਦੇਣੀ ਆ ਬਾਕੀ ਮੌਕੇ ਤੇ ਹੋ ਜੂਗਾ ਅਤੇ ਇੱਧਰ ਗਾਹਕ ਪਏ ਵੇ ਆ ਇਹ 75 ਲਾਉਂਦੇ ਹੈਗੇ ਦੋਸਤੋ ਤੁਹਾਨੂੰ ਆਪਾਂ ਜਰਸੀ ਗਾਵਾਂ ਦਿਖਾਉਂਦੇ ਹਾਂ ਅਤੇ ਦੇਖ ਸਕਦੇ ਹੋ ਤੁਸੀਂ ਦੋ ਲੈ ਕੇ ਆਏ ਆ ਬਾਈ ਵਪਾਰ ਦਾ ਕੰਮ ਆ ਅਤੇ ਦੇਖ ਸਕਦੇ ਹੋ ਚੰਗੀਆਂ ਗੀਆਂ ਪੂਰੀਆਂ ਅਤੇ ਜਿਵੇਂ ਦਰਮਿਆਨੇ ਰੇਟ ਦੇ ਵਿੱਚ ਹੁੰਦੀਆਂ ਗੀਆਂ ਉਸ ਤਰ੍ਹਾਂ ਦੀਆਂ ਅਤੇ ਦੂਜੀ ਵੀ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਸੂਈਆਂ ਸਵਾਈਆਂ ਬੰਨਦੇ ਬਾਈ ਇਹਨੂੰ ਅਤੇ ਆਰਡਰ ਸੋਹਣਾ ਦਿਖਾਉਂਦੀਆਂ ਗੀਆਂ ਥਣ ਥੁਣ ਵੀ ਸੋਹਣੇ ਹੈਗੇ ਬੱਚੇ ਤੁਸੀਂ ਦੋਵਾਂ ਦੇ ਮੂਹਰੇ ਦੇਖ ਸਕਦੇ ਹੋ ਦੋਵੇਂ ਤਾਜ਼ੀਆਂ ਸੂਈਆਂ ਵਾਂਗਾ ਡਿਟੇਲ ਆਪਾਂ ਇਕੱਠੀਆਂ ਦੀ ਲੈ ਲਾਂਗੇ ਦੂਜੇ ਨੰਬਰ 'ਤੇ ਬਾਈ ਬਾਈ ਆਹ ਲੈ ਕੇ ਆਇਆ ਹੈਗਾ ਇਹ ਵੀ ਤੁਹਾਨੂੰ ਤੋਰ ਕੇ ਦਿਖਾ ਦਾਂਗੇ ਆਹ ਵੀ ਤੋਰੀ ਬਾਈ
ਤੇ ਹੈ ਜਰਸੀ ਆ ਦੋਵੇਂ। ਫੇਸ ਦੇਖ ਸਕਦੇ ਹੋ ਤੁਸੀਂ, ਬਾਡੀ ਬਾਂਦਰ ਦੇਖ ਸਕਦੇ ਹੋ ਇਹਨਾਂ ਦੀ, ਤੇ ਆਰਡਰ ਦੇਖ ਸਕਦੇ ਹੋ। ਆਰਡਰ ਵੀ ਸੋਹਣਾ ਹੈਗਾ, ਸਾਫ਼ ਸੁਥਰੀਆਂ ਲੱਗਦੀਆਂ ਵੇਖਣ ਨੂੰ ਤਾਂ, ਅਤੇ ਬਾਡੀ ਬਾਂਦਰ ਦੋਵਾਂ ਦੀ ਚੰਗੀ ਆ, ਅਤੇ ਆਰਡਰ ਵੀ ਦੋਨਾਂ ਦੇ ਵਧੀਆ ਸਾਫ਼ ਸੁਥਰੇ ਹੈਗੇ, ਅਤੇ ਥਣ ਥੁਣ ਵੀ ਸੋਹਣੇ ਹੈਗੇ। ਅਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਜਿਹਨੇ ਖਰੀਦਣੀਆਂ ਹੈਗੀਆਂ, ਅਤੇ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ, ਅਤੇ ਬਾਈਆਂ ਨਾਲ ਕੰਟੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ। ਅਤੇ ਬਾਕੀ ਉਹ ਡਿਟੇਲ ਬਾਈ ਤੋਂ ਸਾਰੀ ਲੈਂਦੇ ਹਾਂ, ਇਹਨਾਂ ਦੀ ਕੀ ਡਿਟੇਲ ਹੈਗੀ ਅਤੇ ਕੀ ਗੱਲਬਾਤ ਆ ਦੋਵਾਂ ਦੀ, ਅਤੇ ਆਪਾਂ ਬਾਈ ਤੋਂ ਪੁੱਛ ਲੈਂਦੇ ਹਾਂ। ਬੱਚੇ ਦੇਖ ਸਕਦੇ ਤੁਸੀਂ, ਮੂਹਰੇ ਬੈਠੇ ਆ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਜਿਹੜੀ ਆਪਾਂ ਜਰਸੀ ਪਹਿਲੇ ਨੰਬਰ 'ਤੇ ਤੋਰ ਕੇ ਦਿਖਾਈ ਆ, ਕੀ ਡਿਟੇਲ ਆ ਉਹਦੀ, ਕਿਹੜੇ ਸੂਏ ਸੂਈ ਵੀ ਆ? ਦੂਜੇ ਸੂਏ। ਦੂਜੇ ਸੂਏ ਆ? ਕਿੰਨੇ ਦਿਨ ਹੋ ਗਏ ਸੂਈ ਨੂੰ? ਕਿੰਨੇ? ਪੰਜ ਦਿਨ। ਬੱਚਾ? ਬੱਚੀ ਹੈ ਜੀ। ਮਗਰ ਬੱਚੀ ਆ। ਅਤੇ ਹੁਣ ਦੁੱਧ ਕਿੰਨਾ ਹੋਊਗਾ? ਦੁੱਧ 12 ਲੀਟਰ ਤਿਆਰ ਆ। 12 ਲੀਟਰ ਆ, ਜਮ੍ਹਾਂ ਤਿਆਰ ਆ? ਜਮ੍ਹਾਂ ਤਿਆਰ। ਅਤੇ ਬਾਈ ਕਿੰਨਾ ਕੁ ਪਾ ਦੂ ਉਹ? ਦੁੱਧ ਦੇ ਦੂ 15-16 ਕਿਲੋ। 15-16 ਕਿਲੋ ਦੇ ਦੂ? ਠੀਕ ਆ। ਅਤੇ ਸੂਆ ਦੂਜਾ ਦੱਸਿਆ ਸੀ? ਦੂਜਾ। ਅਤੇ ਮੁੱਲ ਉਹਦਾ ਬਾਈ? ਮੁੱਲ 45। ਮੁੱਲ 45। ਕਿੰਨੇ ਛੱਡ ਦਾਂਗੇ ਆਪਾਂ? ਆਪਾਂ 40 ਛੱਡ ਦਾਂਗੇ। 40 ਦੀ। ਬਾਕੀ ਹੋਰ ਮੌਕੇ 'ਤੇ ਹੋਜੂ? ਹੋਜੂ, ਕਰ ਦਾਂਗੇ। ਅਤੇ ਜਿਹੜੀ ਆਪਾਂ ਬਾਈ ਦੂਜੇ ਨੰਬਰ 'ਤੇ ਤੋਰ ਕੇ ਦਿਖਾਈ ਸੀ ਜਰਸੀ, ਇਹਦਾ ਵੀ 45 ਆ? ਇਹਦਾ ਸੂਆ? ਇਹਦਾ ਸੂਆ 3। ਇਹਦਾ ਸੂਆ 3। ਠੀਕ ਆ। ਅਤੇ ਇਹਦੇ ਮਗਰ ਬੱਚਾ ਕੀ ਆ? ਬੱਚਾ ਜੀ ਆ, ਪੂਰੇ ਬੈਠਾ ਹੈ ਨਾ। ਅਤੇ ਦੁੱਧ? ਦੁੱਧ 13 ਲੀਟਰ ਨੇ। 13 ਲੀਟਰ ਆ, ਇਹ ਵੀ ਉਹਨਾਂ ਕਰ ਜੂਗੀ? ਹਾਂ, ਉਹਨੇ ਕਰ ਜੂਗੀ, ਵੱਧ ਹੀ ਕੱਢੂ ਉਹਦੇ ਨਾਲ। ਅੱਛਾ, ਇਹ ਉਹਦੇ ਨੂੰ ਵੱਧ ਕੱਢੂਗੀ। ਅਤੇ ਦੋਈ ਲੈ ਗਏ ਸੀ ਆਪਾਂ ਬਾਈ? ਕੰਮ ਵਪਾਰ ਦਾ ਹੀ ਆ? ਵਪਾਰ ਦਾ। ਅਤੇ ਘਰੇ ਆਪਣੇ ਬਾਈ ਗਾਈਆਂ ਕਿਸ ਤਰ੍ਹਾਂ ਦਾ ਮਾਲ ਹੁੰਦਾ? ਮਾਲ ਜਰਸੀਆਂ, ਸਾਹੀਵਾਲ। ਅੱਛਾ ਅੱਛਾ, ਗਾਈਆਂ ਦਾ ਕੰਮ ਹੀ ਆ? ਗਾਈਆਂ ਦਾ ਕੰਮ। ਮੱਝਾਂ ਦਾ ਨਹੀਂ? ਮੱਝਾਂ ਦਾ। ਅਤੇ ਜਿਵੇਂ ਹੁਣ ਕਿ ਬਾਈ ਕਈ ਵਾਰੀ ਇਹ ਵੀਡੀਓ 'ਤੇ ਵਿਕ ਵੀ ਸਕਦੀਆਂ ਜਾਂ ਇੱਥੇ ਵੀ ਵਿਕ ਸਕਦੀਆਂ, ਅਤੇ ਵੀ ਘਰੇ ਆਪਣੇ ਜਿਵੇਂ ਹੁੰਦੇ ਆ, ਅਤੇ ਤੁਹਾਨੂੰ ਕੋਈ ਕਾਲ ਕਰਦਾ ਅਤੇ ਘਰੋਂ ਤਸੱਲੀ ਕਰਕੇ ਲਿਜਾ ਸਕਦਾ? ਲਿਜਾ ਸਕਦਾ, ਚੋ ਕੇ ਲਿਜਾ ਸਕਦਾ। ਚੋ ਕੇ ਲਿਜਾ ਸਕਦਾ? ਹਰੇਕ ਤਰ੍ਹਾਂ ਦਾ ਮਾਲ ਹੁੰਦਾ? ਹਰੇਕ ਤਰ੍ਹਾਂ ਦਾ ਮਾਲ ਹੁੰਦਾ। ਠੀਕ ਆ। ਅਤੇ ਆਪਦੀ ਤਸੱਲੀ ਕਰਕੇ ਘਰੋਂ ਲਿਜਾ ਸਕਦਾ? ਮਤਲਬ ਲਿਜਾ ਸਕਦਾ। ਕਿਹੜਾ ਏਰੀਆ ਆਪਣਾ ਬਾਈ? ਬਰਨਾਲਾ। ਬਰਨਾਲਾ, ਪਿੰਡ ਸੈਣਾ? ਠੀਕ ਆ, ਪਧੌੜ ਦੇ ਕੋਲੇ। ਠੀਕ ਆ। ਅਤੇ ਜਰਸੀ ਬਾਈ ਜਿਵੇਂ ਹੁਣ ਵੱਧ ਦੁੱਧ ਵਾਲੀਆਂ ਹੁੰਦੀਆਂ, ਹੋਰ ਕੁਆਲਿਟੀ? ਠੀਕ ਆ, ਉਹ ਵੀ ਮਿਲ ਜੂ? ਮਤਲਬ ਸਾਰੇ ਤਰ੍ਹਾਂ ਦਾ ਮਾਲ ਮਿਲ ਜੂਗਾ ਜਿਸ ਤਰ੍ਹਾਂ ਦੀ ਕੋਈ ਡਿਮਾਂਡ ਹੋਵੇ? ਸ਼ਾਹੀ ਲਾਲ ਦੇ ਵਿੱਚ ਵੀ, ਐਚਐਫ ਦੇ ਵਿੱਚ ਵੀ ਹੈ? ਗਾਈਆਂ ਦਾ ਜੀ? ਮੱਝਾਂ ਦਾ ਨਹੀਂ? ਮੱਝਾਂ ਦਾ ਨਹੀਂ, ਗਾਈਆਂ। ਠੀਕ ਆ। ਗਾਂ ਮਤਲਬ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਹੋਵੇ ਤਸੱਲੀ 'ਤੇ ਮਿਲ ਜੂ, ਹੈ ਨਾ? ਠੀਕ ਆ ਬਾਈ, ਧੰਨਵਾਦ। ਲਓ ਵੀ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ, ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਇਹਨਾਂ ਦੀ। ਅਤੇ ਬਾਕੀ ਗਾਈਆਂ ਦਾ ਹੀ ਕੰਮ ਆ, ਬਾਈਆਂ ਦਾ ਐਚਐਫ ਲਾ ਲਓ ਅਤੇ ਸ਼ਾਹੀਵਾਲ ਲਾ ਲਓ ਅਤੇ ਜਰਸੀ ਲਾ ਲਓ, ਅਤੇ ਸਭ ਤਰ੍ਹਾਂ ਦਾ ਮਾਲ ਤੁਹਾਨੂੰ ਮਿਲ ਜੂਗਾ। ਅਤੇ ਮੱਝਾਂ ਦਾ ਕੰਮ ਨਹੀਂ ਹੈਗਾ, ਤੁਸੀਂ ਜਿਹਨੂੰ ਵੀ ਚਾਹੀਦੀਆਂ ਅਤੇ ਤੁਸੀਂ ਬਾਈਆਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਦੋਸਤੋ, ਤੁਹਾਨੂੰ ਆਪਾਂ ਜਰਸੀ ਦਿਖਾਉਣੀ ਆ, ਘਰੇਲੂ ਬਹੁਤ ਸੋਹਣੀ ਹੈਗੀ, ਦੇਖ ਸਕਦੇ ਹੋ ਤੁਸੀਂ। ਆਰਡਰ ਉਡਰ ਬਹੁਤ ਸੋਹਣਾ ਦਿਖਾਉਂਦੀ ਹੈਗੀ, ਅਤੇ ਰੰਗ ਰੂਪ ਵੀ ਬਹੁਤ ਸੋਹਣਾ ਹੈਗਾ, ਅਤੇ ਥਣਾ ਦਾ ਸਾਇਜ਼ ਸੂਜ ਵੀ ਬਹੁਤ ਸੋਹਣਾ ਹੈਗਾ। ਮੋੜ ਲਾ ਬਾਈ, ਬਹੁਤ ਸੋਹਣੀ ਆ, ਅਤੇ ਪੂਰੀ ਪਿਓਰ ਆ ਗਈ, ਘਰੇ ਰੱਖਣ ਨੂੰ ਪੂਰੀ ਵਧੀਆ ਆ ਗਈ, ਕੋਈ ਕਮੀ ਨਹੀਂ ਹੈਗੀ। ਨਾੜਾਂ ਨੂੜਾਂ ਵੀ ਬਹੁਤ ਆ, ਅਤੇ ਲੇਵਾ ਵੀ ਇਹਦਾ ਪੂਰਾ ਕੰਪੈਕਟ ਹੈਗਾ, ਅਤੇ ਵਿੱਥੀ ਬੁੱਥੀ ਵੀ ਬਹੁਤ ਆ ਗਈ, ਤੁਸੀਂ ਦੇਖ ਸਕਦੇ ਹੋ। ਥਣਾਂ ਦਾ ਸਾਇਜ਼ ਸੂਜ ਆ, ਕੱਦ ਕਾਠ ਨੋਰਮਲ ਆ ਜਿਵੇਂ ਹੁੰਦਾ ਹੈਗਾ ਜਰਸੀ ਦਾ, ਉਸ ਤਰ੍ਹਾਂ ਦਾ ਹੈਗਾ। ਅਤੇ ਸੂਈ ਵੀ ਹੈਗੀ, ਦੂਜੇ ਸੂਏ ਡਿਟੇਲ ਆਪਾਂ ਪੁੱਛ ਲੈਂਦੇ ਹਾਂ ਬਾਈ ਤੋਂ। ਗਾਹਕ ਇਹਨੂੰ ਪਈ ਜਾਂਦੇ ਆ, ਦੇਖ ਸਕਦੇ ਹੋ, ਸੋਹਣੀ ਹੈਗੀ ਪੂਰੀ। ਡਿਟੇਲ ਇਹਦੀ ਦੋਸਤੋ ਮੈਂ ਹੀ ਦੱਸ ਦਿੰਦਾ ਤੁਹਾਨੂੰ, ਪਹਿਲਾਂ ਮੈਂ ਪੁੱਛ ਲਈ ਸੀ ਬਾਈ ਤੋਂ, ਦੂਜੇ ਸੂਏ ਆ, ਪਹਿਲੇ ਸੂਏ ਇਹਨੇ ਦਿੱਤਾ 12-13 ਲੀਟਰ, ਅਤੇ ਇਸ ਵਾਰ 15-16 ਮੌਜ ਨਾਲ ਕੱਢੂਗੀ, ਅਤੇ ਬਾਈ ਕਹਿੰਦਾ 12-13 ਲੀਟਰ ਹੁਣ ਤਿਆਰ ਹੈਗਾ, ਅਤੇ ਬੱਚਾ ਤੁਸੀਂ ਮੂਹਰੇ ਬੈਠਾ ਦੇਖ ਸਕਦੇ ਹੋ, ਅਤੇ ਘਰ ਦੀ ਆ ਇਹ, ਅਤੇ ਕੋਈ ਵਪਾਰ ਦਾ ਕੰਮ ਨਹੀਂ। ਜਿਹਨੂੰ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ ਹੋਗੇ, ਅਤੇ ਇੱਥੇ ਵਿਕ ਵੀ ਸਕਦੀ ਹੈ ਜਰਸੀ, ਹੈ ਬਹੁਤ ਚੰਗੀ ਹੈਗੀ, 15-16 ਲੀਟਰ ਦੁੱਧ ਪਾ ਦੂਗੀ, ਅਤੇ ਬਾਈ 50,000 ਮੁੱਲ ਕਰਦੇ ਹੈਗੇ ਇਹਦਾ। ਬੱਚਾ ਬੱਚੀ ਆ, ਅਤੇ ਬਾਈ ਸੁਪਾਲ ਖੁਰਦ ਤੋਂ ਆਏ ਹੈਗੇ, ਅਤੇ ਜ਼ਿਲ੍ਹਾ ਬਰਨਾਲਾ ਹੀ ਪੈ ਜਾਂਦਾ ਗਾ, ਅਤੇ ਬਾਕੀ ਮਾਣ ਤਾਣ ਬਾਈ ਕਹਿੰਦਾ ਮੌਕੇ 'ਤੇ ਹੋ ਜੂਗਾ। ਲਓ ਵੀ ਦੋਸਤੋ, ਬੂਰੀ ਮੱਝ ਦਿਖਾਉਂਦੇ ਹਾਂ ਤੁਹਾਨੂੰ ਆਪਾਂ, ਕੱਦ ਕੱਢ ਦਰਮਿਆਨੇ ਦੇ ਵਿੱਚ ਆ, ਪਰ ਭਾਰੀ ਬਹੁਤ ਆ ਅਤੇ ਚੌੜੀ ਵੀ ਬਹੁਤ ਆ ਗਈ। ਬਾਕੀ ਆਪਾਂ ਡਿਟੇਲ ਪੁੱਛ ਲਾਂਗੇ ਬਾਈ ਤੋਂ, ਕੱਚੀ ਲੱਗਦੀ ਆ, ਅਤੇ ਥਣ ਥੁਣ ਵੀ ਚੰਗੇ ਮੋਟੇ ਲੱਗੇ ਵੇ ਹੈਗੇ, ਅਤੇ ਸਿੰਘ ਕੁੰਡੇ ਆ ਥੋੜ੍ਹੇ ਜਿਹੇ ਖੁੱਲ੍ਹੇ ਹੋ ਕੇ ਮੁੜੇ ਵੇ ਬੰਦ।
ਡਿਟੇਲ ਪੁੱਛਦੇ ਆਪਾਂ ਭਾਈ ਤੋਂ ਕੀ ਡਿਟੇਲ ਹੈ ਜੀ, ਕੀ ਗੱਲਬਾਤ ਆ ਗਈ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। 1.5 ਲੱਖ ਰੁਪਈਆ ਭਾਈ। ਮੁੱਲ ਕਿੰਨਾ ਦਾ? ਮੁੱਲ 1.5 ਲੱਖ। ਮੁੱਲ 1.5 ਲੱਖ। ਸੂਏ ਕਿਹੜੇ ਆ? ਸੂਏ ਦੂਜੇ ਸੂਏ ਭਾਈ। ਦੂਜੇ ਸੂਏ ਕਿੰਨੇ ਦਿਨਾਂ ਦੀ ਕੱਚੀ ਆ? ਕੱਚੀ ਹੈਗੀ ਆ ਭਾਈ, ਅੱਜ 8 ਦਿਨਾਂ ਦੀ ਕੱਚੀ। 8 ਦਿਨਾਂ ਦੀ, ਠੀਕ ਆ। ਤੇ ਦੁੱਧ ਕਿੰਨਾ ਕੁ ਪਾ ਦੂਗੀ? ਦੁੱਧ ਤਾਂ ਭਾਈ ਟੋਕੜੇ 11 ਕਿਲੋ ਦੂਧ ਸੀ ਜਿਹੜਾ ਟੋਕੜਾ। ਅੱਛਾ, ਆਪਾਂ ਨੂੰ 15-16 ਲੀਟਰ 15-16 ਦੀ ਉਮੀਦ ਹੈਗੀ। ਹਾਂ, ਮੁੱਲ 1.5 ਲੱਖ ਆ। ਹਾਂਜੀ, ਕਿੰਨੇ ਦੀ ਆਪਾਂ ਹਾਂ ਨਾ ਦੇਣੀ ਆ? 1,40,000 ਦੇ ਦਾਂਗੇ। 1,40,000 ਦੀ, ਬਾਕੀ ਹੋਰ ਹੋ ਜੂ ਮੌਕੇ ਤੇ। ਹਾਂ, ਉਹ ਹੋ ਜੂ ਮੌਕੇ ਤੇ। ਵਪਾਰ ਦਾ ਕੰਮ ਆਪਣਾ? ਨਾ ਨਾ, ਇੱਕ ਰੂਮ ਹੈ ਜੀ। ਅੱਛਾ, ਘਰ ਦੇ ਕੋਈ ਆ? ਹਾਂ, ਘਰ ਦੇ। ਕਿੱਥੋਂ ਪਹੁੰਚੇ ਹੋ? ਆਪਣਾ ਪਿੰਡ ਲਮੀ ਹੈ। ਜ਼ਿਲ੍ਹਾ ਕਿਹੜਾ ਪੈ ਜਾਂਦਾ? ਜ਼ਿਲ੍ਹਾ ਬਰਨਾਲਾ। ਜ਼ਿਲ੍ਹਾ ਬਰਨਾਲਾ, ਠੀਕ ਆ। ਤੇ ਮੈਂ ਤਾਂ ਪਹੁੰਚਿਆ ਜ਼ਿਲ੍ਹਾ ਬਰਨਾਲਾ। ਹਾਂ ਜੀ, ਜ਼ਿਲ੍ਹਾ ਬਰਨਾਲਾ ਜੀ। ਘਰ ਦੇ ਗਈਆਂ ਹੈ? ਘਰ ਦੀਆਂ ਵੱਜਾਂ ਜੀ। ਠੀਕ ਹੈ ਜੀ, ਠੀਕ ਹੈ, ਧੰਨਵਾਦ ਜੀ। ਠੀਕ ਹੈ ਜੀ, ਇਹ ਝੋਟੀ ਪਹਿਲੇ ਸੂਏ ਹੀ ਹੈਗੀ? ਦੂਜੇ ਸੂਏ ਸੋਣਾ ਜੀ। ਅੱਛਾ, ਦੂਜੇ ਸੂਏ ਸੋਣਾ ਇਹਨੇ, ਠੀਕ ਆ। ਤੇ ਇਹਦੇ ਕਿੰਨੇ ਕੁ ਦਿਨ ਪਏ ਆ? ਇਹਦੇ ਜੀ 15 ਦਿਨ ਪਏ ਜੀ ਹਜੇ। ਹਜੇ 15 ਦਿਨ ਪਏ ਆ। ਕਿੰਨਾ ਕੁ ਦੁੱਧ ਵਧੂ ਬਈ ਉਮੀਦ ਆਪਾਂ ਨੂੰ? ਇਹ ਪਿਛਲੀ ਵਾਰ 12 ਲੀਟਰ ਚ ਹੋਇਆ ਜੀ। ਠੀਕ ਆ, ਇਸ ਵਾਰ ਤਾਂ ਫਿਰ ਵਧੂਗੀ ਹੈ ਨਾ? ਹਾਂਜੀ, 14-15 ਲੀਟਰ ਦੁੱਧ ਦੇਊ ਜੀ। ਠੀਕ ਆ, ਤੇ ਇਹਦਾ ਮੁੱਲ ਬਈ? 1,10,000 ਹੈ ਜੀ। 1,10,000, ਕਿੰਨੇ ਦੀ ਛੱਡਣੀ ਹੈ? ਬਸ 1,05,000 ਦੀ ਛੱਡ ਦਾਂਗੇ। 1,05,000 ਦੀ ਇਹ ਛੱਡ ਦਾਂਗੇ। ਲਓ ਵੀ ਦੋਸਤੋ, ਆਹ ਝੋਟੀ ਵੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੇ ਦਿੱਤੀ ਹੈ। ਦੂਜੇ ਨੰਬਰ 'ਤੇ ਇਹ ਬਾਈ 2 ਲੈ ਕੇ ਆਏ ਸੀਗੇ, ਅਤੇ ਤੁਸੀਂ ਦੇਖ ਸਕਦੇ ਹੋ ਕਾਫੀ ਦਿਨਾਂ ਦੀ ਕੱਚੀ ਆ, ਅਤੇ ਬਾਕੀ ਤੁਹਾਨੂੰ ਡਿਟੇਲ ਆਪਾਂ ਸਾਰੀ ਲੈ ਕੇ ਦੇ ਦਿੱਤੀ ਹੈ। ਇਹ ਥੋੜ੍ਹੀ ਜਿਹੀ ਤੋਰ ਕੇ ਨਹੀਂ ਦਿਖਾਉਂਦੇ, ਥੋੜ੍ਹਾ ਜਿਹਾ ਡਰਦੀ ਆ ਬਾਈ, ਕਹਿੰਦੇ ਘਰੇਲੂ ਕਰਕੇ। ਅਤੇ ਬਾਕੀ ਤੁਹਾਨੂੰ ਡਿਟੇਲ ਆਪਾਂ ਦੋਵਾਂ ਦੀ ਲੈ ਕੇ ਦੇ ਦਿੱਤੀ ਆ, ਅਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈਆਂ ਦੇ ਨਾਲ ਜਿਹਨੂੰ ਪਸੰਦ ਆਉਂਦੀਆਂ ਹੈਗੀਆਂ, ਅਤੇ ਇੱਥੇ ਵੀ ਵੇਖ ਸਕਦੇ ਹੋ। ਬਾਕੀ ਠੰਡੀ ਸੀਲ ਆ ਬਾਈ ਕਹਿੰਦਾ। ਲਓ ਵੀ ਦੋਸਤੋ, ਤੁਹਾਨੂੰ ਇੱਕ ਆਹ ਮੱਝ ਦਿਖਾਉਂਦੇ ਆ, ਦੇਖ ਸਕਦੇ ਹੋ ਨੀਲੀ ਰਾਵੀ ਦੇ ਵਿੱਚ ਪੈਂਦੀ ਹੈਗੀ, ਅਤੇ ਸੂਈ ਸਬਾਈ ਹੈਗੀ, ਬਾਡੀ ਬਾਂਦਰ ਦੀ ਚੰਗੀ ਹੈਗੀ, ਆਰਡਰ ਵੀ ਸੋਹਣਾ ਦਿਖਾਉਂਦੀ ਆ। ਅਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਪਿੱਠ ਪੁੜਾ ਦੇਖ ਸਕਦੇ ਹੋ ਇਹਦਾ, ਅਤੇ ਆਰਡਰ ਬੂਰ ਨੂੰ ਵੀ ਚੰਗਾ, ਅਤੇ ਬੈਕ ਸਾਈਡ ਨੂੰ ਵੀ, ਅਤੇ ਥਾਣਾ ਦਾ ਸਾਈਜ਼ ਸੂਜ ਵੀ ਸੋਹਣਾ ਹੈਗਾ। ਅਤੇ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਲਾਂਗੇ ਜੀ। ਸਿੰਘ ਸੁੰਘਾਂ ਦੀ ਵੀ ਕੁੰਡੀ ਹੈਗੀ, ਅਤੇ ਸਮੀ ਬਲੀ ਵੀ ਚੰਗੀ ਹੈਗੀ, ਅਤੇ ਗਾਹਕ ਇਹਨੂੰ ਵੀ ਪਿਆ ਵਾ, ਤੁਸੀਂ ਦੇਖ ਸਕਦੇ ਹੋ। ਅਤੇ ਨੀਲੀ ਰਾਵੀ ਗਰੇਟਡ ਦੇ ਵਿੱਚ ਪੈਂਦੀ ਹੈ ਇਹ, ਆਰਡਰ ਮੂਰ ਨੂੰ ਬਹੁਤ ਸੋਹਣਾ ਹੈਗਾ, ਅਤੇ ਬੈਕ ਸਾਈਡ ਨੂੰ ਵੀ, ਅਤੇ ਭਾਰੀ ਵੀ ਬਹੁਤ ਹੈਗੀ, ਕੱਦ ਘਾੜ ਵੀ ਠੀਕ ਆ ਦਰਮਿਆਨੇ ਦੇ ਵਿੱਚ ਆ। ਅਤੇ ਬਾਕੀ ਆਪਾਂ ਡਿਟੇਲ ਇਹਦੀ ਬਾਈ ਤੋਂ ਪੁੱਛ ਲਾਂਗੇ, ਅਤੇ ਕੀ ਡਿਟੇਲ ਆ, ਕੀ ਗੱਲਬਾਤ ਹੈਗੀ। ਸੂਆ ਬਾਈ ਕਿਹੜਾ ਇਹਦਾ? ਤੀਜਾ ਸੂਆ। ਬੱਚਾ? ਮਗਰ ਕੱਟਾ। ਕਿੰਨੇ ਦਿਨ ਹੋ ਗਏ ਸੂਈ ਨੂੰ? 15 ਦਿਨ ਹੋ ਗਏ। ਤੇ ਬਾਈ ਦੁੱਧ ਜਮਾਂ ਨਟ ਕਿੰਨਾ ਤਿਆਰ ਆ? ਦੁੱਧ ਬਾਈ ਹਲੇ 14 ਲੀਟਰ ਜਮਾਂ ਤੋਲਣ ਵਾਲਾ ਤਿਆਰ। ਤੇ ਹੋਰ ਕਿੰਨਾ ਕਰ ਸਕਦੀ, ਕੀ ਮੀਲ ਆਪਾਂ? ਕਿਲੋ ਹੋਰ ਵੱਧ ਜੂ, ਠੀਕ ਆ। ਜਾਣੀ ਆਪਾਂ 14-15 ਮੰਨ ਲਗੇ, ਠੀਕ ਆ ਵੀ ਇੰਨਾ ਤਾਂ ਮਤਲਬ ਖੁੱਲਾ ਦੇ ਦੂ ਹਨਾ। ਹਾਂ, ਥੱਲੇ ਵੀ ਪਤਾ ਲੱਗਦਾ ਨਾ, ਤਾਂ ਅਸੀਂ ਤਾਂ ਆਰਡਰ ਕਰਕੇ ਪਤਾ ਲੱਗਦਾ ਵੀ ਦੁੱਧ ਹੈਗਾ ਚੰਗਾ ਹਨਾ। ਤੇ ਇਕੱਲੇ ਗਏ ਹੋ? ਧੰਨਵਾਦ। ਲਓ ਵੀ ਦੋਸਤੋ, ਕੰਟੈਕਟ ਕਰ ਸਕਦੇ ਹੋ ਤੁਸੀਂ, ਡਿਟੇਲ ਤੁਹਾਨੂੰ ਆਪਾਂ ਇਹਦੀ ਵੀ ਲੈ ਕੇ ਦੇ ਦਿੱਤੀ ਹੈ। ਘਰੇਲੂ ਮੱਝ ਇਹ ਆ ਬਾਈ ਦੱਸਦੇ ਹੈਗੇ, ਅਤੇ ਜਿਹਨੂੰ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ।